ਸਿੱਖਿਆ ਨੀਤੀ 2020 ਦੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਸਿੱਖਿਆ ਵਿਕਾਸ ਮੰਚ ਪੰਜਾਬ ਵੱਲੋਂ ਡੇਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਕਮਿਊਨਿਟੀ ਹਾਲ ਵਿਖੇ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਕੁਲਦੀਪ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾਕਟਰ ਕੁਲਦੀਪ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਬੇਧਿਆਨ ਕਰਕੇ ਦੇਸ਼ ਦੀ ਵੰਨ ਸੁਵੰਨਤਾ, ਵੱਖ ਵੱਖ ਸੱਭਿਆਚਾਰਾਂ ਆਦਿ ਨੂੰ ਬੇਧਿਆਨ ਕਰਕੇ ਨਵੀਂ ਨੀਤੀ ਜਾਰੀ ਕੀਤੀ ਗਈ ਹੈ। ਕਰੋਨਾ ਦੀ ਆੜ ਵਿੱਚ ਬਿਨਾਂ ਕਿਸੇ ਚਰਚਾ ਤੋਂ ਪਾਰਲੀਮੈਂਟ ਵਿੱਚ ਪਾਸ ਕਰਨਾ ਇੱਕ ਗੰਭੀਰ ਸਵਾਲ ਪੈਦਾ ਕਰਦਾ ਹੈ। ਉਹਨਾਂ ਆਖਿਆ ਕਿ ਨਵੀਂ ਨੀਤੀ ਨੇ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨਾ ਹੈ। ਬਰਾਬਰ ਦੀ ਸਿੱਖਿਆ ਦੀ ਗੱਲ ਨੀਤੀ ਵਿੱਚੋਂ ਗਾਇਬ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਵਿੱਚ ਕਰੋਨਾ ਦੀ ਆੜ ਹੇਠ ਕੇਂਦਰ ਦੀ ਸਰਕਾਰ ਤਾਨਾਸ਼ਾਹੀ ਤਰੀਕੇ ਦਾ ਵਿਵਹਾਰ ਕਰ ਰਹੀ ਹੈ, ਜਮਹੂਰੀਅਤ ਦਾ ਜੁਨਾਜ਼ਾ ਕਰ ਦਿੱਤਾ ਹੈ। ਦੇਸ਼ ਵਿੱਚ ਨਸ਼ਿਆਂ, ਫੂਡ ਅਤੇ ਸਿੱਖਿਆ ਮਾਫੀਆ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ। ਉਹਨਾਂ ਆਖਿਆ ਕਿ ਸਰਕਾਰ ਇਸੇ ਨੂੰ ਮਜ਼ਬੂਤ ਕਰਨ ਲੱਗੀ ਹੋਈ ਹੈ। ਇਸੇ ਨੂੰ ਮਜ਼ਬੂਤ ਕਰਨ ਲਈ ਖੇਤੀ ਆਰਡੀਨੈਂਸ, ਸਿੱਖਿਆ ਨੀਤੀ 2020 ਅਤੇ ਵਾਤਾਵਰਣ ਸੰਬੰਧੀ ਸੋਧਾਂ ਕੀਤੀਆਂ ਜਾ ਰਹੀਆਂ ਨੇ। ਆਜ਼ਾਦੀ ਸਮੇਂ ਜੋ ਸੁਪਨਾ ਲੈ ਕੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਸਨ, ਮੌਜੂਦਾ ਕੇਂਦਰ ਸਰਕਾਰ ਨੇ ਉਹਨਾਂ ਸੁਪਨਿਆਂ ਨੂੰ ਤਬਾਹ ਕਰ ਦਿੱਤਾ ਹੈ। ਆਜ਼ਾਦ ਟੀਵੀ ਨਿਊਜ਼ ਦੇ ਲਈ ਨਾਭਾ ਤੋਂ ਰਾਕੇਸ਼ ਜਿੰਦਲ ਦੀ ਰਿਪੋਰਟ। ਅਸੀਂ ਅੱਜ ਦੀ ਵਿਚਾਰ ਚਰਚਾ ਸਿੱਖਿਆ ਵਿਕਾਸ ਮੰਚ ਵੱਲੋਂ ਸਿੱਖਿਆ ਨੀਤੀ 2020 ਦੇ ਉੱਤੇ ਰੱਖੀ ਹੈ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੋ ਸਰਕਾਰ ਨੇ ਨੀਤੀ ਲਿਆਂਦੀ ਹੈ, ਜੋ 1968 ਦੇ ਵਿੱਚ ਇੱਕ ਦੇਸ਼ ਦਾ ਸੁਪਨਾ ਸੀ, ਜੋ ਪੋਲਸੀ ਲਿਆਂਦੀ 68 ਦੇ ਵਿੱਚ ਕਿ ਸਭ ਲੋਕ ਇੱਕ ਬਰਾਬਰ ਦੀ ਸਿੱਖਿਆ ਲੈਣਗੇ, ਇੱਕ ਧਰਮ ਨਿਰਪੱਖਤਾ ਵਾਲਾ ਜਿਹੜਾ ਮਾਹੌਲ ਸਮਾਜ ਦਾ ਸਿਰਜਿਆ ਜਾਏਗਾ, ਜਾਂ ਸਾਰੇ ਵਰਗਾਂ ਨੂੰ ਜੋ ਵੀ ਪਿਛੜੇ ਵਰਗ ਰਹਿ ਗਏ ਸੀ ਸਿੱਖਿਆ ਤੋਂ ਵਿਹੂਣੇ ਲੋਕ ਰਹਿ ਗਏ ਸੀ, ਉਹਨਾਂ ਨੂੰ ਬਰਾਬਰ ਦੇ ਵਿੱਚ ਕਿਵੇਂ ਲਿਆਂਦਾ ਜਾਵੇ। ਉਹ ਸੁਪਨਾ ਸੀ ਸਾਡੇ ਦੇਸ਼ ਦਾ ਅਤੇ ਚੰਗਾ ਨਾਗਰਿਕ ਪੈਦਾ ਕਰਨ ਦਾ, ਪਰ ਜੋ ਹੁਣ 2020 ਦੇ ਵਿੱਚ ਸਰਕਾਰ ਨੇ ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਪੋਲਸੀ ਲਿਆਂਦੀ ਹੈ, ਔਰ ਜਿਸ ਤਰ੍ਹਾਂ ਸਟੇਟ ਸਰਕਾਰਾਂ ਨੂੰ ਅਤੇ ਹੋਰ ਜਿਹੜੇ ਲੋਕ ਨੁਮਾਇੰਦਿਆਂ ਨੂੰ ਬੇਧਿਆਨ ਕਰਕੇ ਕਰੋਨਾ ਦੀ ਆੜ 'ਚ ਚੁੱਪ ਚੁਪੀਤੇ ਜਿਹੜੀ ਪੋਲਸੀ ਨੀਤੀ ਪਾਸ ਕੀਤੀ ਹੈ, ਉਹ ਉਸ ਤੋਂ ਸੰਕਾ ਇਹ ਬਹੁਤ ਵੱਡੇ ਪੱਧਰ 'ਤੇ ਖਾਸਾ ਜ਼ਾਹਰ ਹੁੰਦਾ ਕਿ ਆਉਣ ਵਾਲੇ ਜਿਹੜੇ ਜਦੋਂ ਇਹ ਲਾਗੂ ਹੋ ਜਾਏਗੀ ਤਾਂ ਜਿੱਥੇ ਨਿੱਜੀ ਸੰਸਥਾਵਾਂ ਨੂੰ ਪਹਿਲਾਂ ਹੀ ਬੜਾਵਾ ਮਿਲ ਰਿਹਾ, ਤਾਂ ਇਹਦੇ ਨਾਲ ਸਿੱਖਿਆ ਦੇ ਖੇਤਰ 'ਚ ਬਹੁਤ ਵੱਡੇ ਪੱਧਰ 'ਤੇ ਨਿੱਜੀ ਸੰਸਥਾਵਾਂ ਮਜ਼ਬੂਤ ਹੋਣਗੀਆਂ। ਅਤੇ ਖਾਸ ਤੌਰ 'ਤੇ ਹੇਠਲਾ ਜਿਹੜਾ ਢਾਂਚਾ ਸਕੂਲਾਂ ਨੂੰ ਕਲੱਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਸਰਕਾਰ ਇੱਕ ਤਰ੍ਹਾਂ ਜਿਹੜਾ ਮੁਫਤ ਸਿੱਖਿਆ ਦਾ ਅਧਿਕਾਰ ਆ 2009 ਉਹਨੂੰ ਬਾਈਪਾਸ ਕਰਕੇ ਉਹ ਜੋ ਐਕਟ ਕਹਿੰਦਾ ਕਿ ਹਰ ਬੱਚੇ ਨੂੰ ਕਿਲੋਮੀਟਰ ਦੇ ਦਾਇਰੇ 'ਚ ਇੱਕ ਸਕੂਲ ਹੋਣਾ ਚਾਹੀਦਾ, ਉਹਦੇ ਸਕੂਲ ਨੇੜੇ ਹੋਣਾ ਚਾਹੀਦਾ, ਹਰ ਬੱਚਾ ਜਿਹੜਾ ਸਿੱਖਿਆ ਦੇ ਲਈ ਹੱਕਦਾਰ ਹੈ, ਇਹ ਜੋ 2020 ਦੀ ਨੀਤੀ ਬਣਾਈ ਗਈ ਹੈ ਉਸ ਨੂੰ ਬਾਈਪਾਸ ਕਰਦੀ ਹੈ। ਅਤੇ ਸਰਕਾਰ ਇੱਕ ਤਰ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਨਿੱਜੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਰਸਤਾ ਕੱਢ ਰਹੀ ਹੈ। ਕੇਂਦਰ ਸਰਕਾਰ ਵੱਲੋਂ ਜਿਹੜੀ ਨਵੀਂ ਵਿੱਦਿਅਕ ਪਾਲਿਸੀ ਜਾਰੀ ਕੀਤੀ ਗਈ ਹੈ ਉਹਦੇ 'ਤੇ ਇੱਕ ਸੈਮੀਨਾਰ ਹੋ ਰਿਹਾ, ਔਰ ਇਹਦਾ ਅਸਰ ਸਾਰੇ ਕਿਤੇ ਹੀ ਪੰਜਾਬ ਸਮੇਤ ਪੂਰੇ ਦੇਸ਼ ਦੇ ਵਿਦਿਆਰਥੀਆਂ 'ਤੇ, ਅਧਿਆਪਕਾਂ 'ਤੇ ਅਤੇ ਲੋਕਾਂ ਦੇ ਬੱਚਿਆਂ 'ਤੇ ਸਭ 'ਤੇ ਹੀ ਪੈਣਾ। ਔਰ ਇਹ ਵਿੱਦਿਅਕ ਪਾਲਿਸੀ ਦਾ ਜਿਹੜਾ ਬੁਨਿਆਦੀ ਰੁੱਖ ਹੈ ਉਹ ਇੱਕ ਤਾਂ ਤਾਕਤਾਂ ਦਾ ਕੇਂਦਰੀਕਰਨ ਹੈ ਕਿ ਸੂਬਿਆਂ ਦੀ ਉਹਦੇ 'ਚ ਸੱਦ ਪੁੱਛਦੀ ਹੈ, ਪੁੱਛਿਆ ਨਹੀਂ ਗਿਆ। ਦੂਸਰਾ ਨਿੱਜੀਕਰਨ ਵੱਲੇ ਨਿੱਜੀਕਰਨ ਵੱਲ ਇਹ ਹੈ ਕਿ ਜਿਹੜਾ ਇੱਕ ਪਹਿਲਾਂ ਚੱਲਦਾ ਇੱਕ ਦੌਰ ਸੀ ਕਿ ਸਾਰੇ ਬੱਚਿਆਂ ਨੂੰ ਗਰੀਬ ਹੋਵੇ ਅਮੀਰ ਹੋਵੇ ਇੱਕੋ ਜਿਹੀ ਵਿੱਦਿਆ ਮਿਲਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਦੇਸ਼ ਦਾ ਕੋਠਾਰੀ ਕਮਿਸ਼ਨ ਬਣਿਆ ਸੀ ਉਹਨੇ ਵੀ ਇਹੀ ਕਿਹਾ, ਇਲਾਹਾਬਾਦ ਹਾਈ ਕੋਰਟ ਨੇ 18 ਅਗਸਤ 2015 ਦੀ ਜੱਜਮੈਂਟ ਦਿੱਤੀ, ਉਹਨੇ ਵੀ ਸਭ ਦੇ ਬੱਚੇ ਇੱਕੋ ਜਿਹੇ ਸਕੂਲਾਂ 'ਚ ਪੜ੍ਹਨ। ਪਰ ਪਹਿਲਾਂ ਤੋਂ ਹੀ ਜਿਹੜਾ ਪਾੜਾ ਵੱਧ ਰਿਹਾ ਕਿ ਅਮੀਰ ਦਾ ਬੱਚਾ ਵੱਡੇ ਪ੍ਰਾਈਵੇਟ ਸਕੂਲ 'ਚ ਪੜ੍ਹੇਗਾ, ਗਰੀਬ ਦਾ ਬੱਚਾ ਛੋਟੇ ਸਕੂਲ 'ਚ ਪੜ੍ਹੇਗਾ ਜਾਂ ਸਰਕਾਰੀ ਸਕੂਲ 'ਚ ਪੜ੍ਹੇਗਾ। ਔਰ ਹੁਣ ਸਰਕਾਰੀ ਸਕੂਲਾਂ 'ਚ ਆਪਾਂ ਪੰਜਾਬ ਦਿਆਂ 'ਚ ਦੇਖਦੇ ਹਾਂ ਕਿ ਲਗਭਗ ਸਾਰੇ ਬਹੁਗਿਣਤੀ ਦਲਿਤਾਂ ਦੇ ਬੱਚੇ ਰਹਿ ਗਏ ਨੇ, ਬਾਕੀ ਜਗ੍ਹਾ ਨਹੀਂ। ਇਹ ਵਿੱਦਿਅਕ ਪਾਲਿਸੀ ਨੇ ਹੋਰ ਜ਼ਿਆਦਾ ਸਗੋਂ ਧੱਕ ਕੇ ਉੱਧਰ ਨੂੰ ਬੱਚੇ ਨਿੱਜੀਕਰਨ ਵੱਲ ਨੂੰ ਲੈ ਜਾਏਗੀ, ਜਿਹਦੇ